ਜਿਵੇਂ ਕਹਿ ਦਈਏ ਆਨੰਦ ਲੈਣ ਇਸ ਦਿਨ ਦਾ ਆਇਆ ਕਿ ਯਾਰ ਅੱਜ ਜਿਹੜੀ 8 ਲੱਖ ਸਾਡੇ ਵੀਰ ਨੇ ਦੱਸਿਆ ਕਿ 8 ਲੱਖ ਰੁਪਇਆ ਰੋਜ਼ਾਨਾ ਜਿਹੜੀ ਲੁੱਟ ਹੁੰਦੀ ਸੀ ਅਤੇ ਲੋਕਾਂ ਦੀ ਜੇਬ 'ਚੋਂ ਜਿਹੜਾ ਨਿਕਲਦਾ ਸੀ ਉਹ ਅੱਜ ਬੰਦ ਹੋਣ ਜਾ ਰਿਹਾ। ਬਹੁਤ ਖੁਸ਼ੀ ਦੀ ਗੱਲ ਆ। ਮੈਂ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਲੋਕਾਂ ਦੇ ਮੁੱਖ ਮੰਤਰੀ ਨੇ, ਲੋਕਾਂ ਨੇ ਚੁਣੇ ਨੇ ਅਤੇ ਲੋਕਾਂ ਲਈ ਕੰਮ ਕਰ ਰਹੇ ਨੇ। ਕਿਸ ਤਰੀਕੇ ਨਾਲ ਉਹ ਜਿਹੜੀਆਂ ਕੰਪਨੀਆਂ ਨੇ ਉਹ ਕਿਸ ਤਰੀਕੇ ਨਾਲ ਮਿਲੀ ਭੁਗਤ ਨਾਲ ਟੋਲ ਪਲਾਜ਼ੇ ਚੱਲਦੇ ਸੀ, ਪਹਿਲਾਂ ਵੀ ਤਾਂ ਕਿਸੇ ਨਾ ਕਿਸੇ ਦੀ ਤਰੀਕ ਬੰਦ ਹੋਣੀ ਹੋਣੀ ਹੁੰਦੀ ਹੋਣੀ ਹੈ, ਲੇਕਿਨ ਨਹੀਂ ਬੰਦ ਹੁੰਦੇ। ਜਿਹੜੀ ਇਹ ਸਰਕਾਰ ਨੇ ਜਿਹੜੇ ਟੋਲ ਨੇਗੇ ਉਹ ਲੋਕਾਂ ਵਾਸਤੇ ਫ੍ਰੀ ਕੀਤੇ ਨੇ। ਜੇ ਉਹ ਚਾਹੁੰਦੇ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਵਾਂਗੂ ਬੜਾ ਕੁਛ ਕਰਕੇ ਉਹ ਅੱਗੇ ਵੀ ਉਹਨੂੰ ਐਕਸਟੈਂਸ਼ਨ ਕਰਵਾ ਸਕਦੇ ਸੀ, ਪਰ ਨਹੀਂ ਕਰਵਾਈ। ਤੁਸੀਂ ਦੇਖੋਗੇ ਵੀ ਜਿਹੜੀ ਪਹਿਲੀ ਸਰਕਾਰ ਆ ਜਿਹਨੇ ਹੁਣ ਤੱਕ 43,000 ਦੇ ਨੇੜੇ ਤੇੜੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਨੇਗੀਆਂ। ਇਹੀ ਸਰਕਾਰ ਆ ਜਿਹਨੇ 2 ਸਾਲ ਦੇ ਵਿੱਚ ਸਭ ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਜੀ। ਮੇਰਾ ਨਾਮ ਮਨਮਾਗਿਆਲ ਜੀ, ਬਲਾਕ ਪ੍ਰਧਾਨ ਮਹਿਲ ਕਲਾਂ। ਕੀ ਕਹਿਣਾ ਚਾਹੁੰਦੇ ਆ ਜਿਹੜਾ ਅੱਜ ਬਨਾਣਾ ਲੁਧਿਆਣਾ ਰੋਡ ਤੇ ਮਹਿਲ ਕਲਾਂ ਟੋਲ ਫ੍ਰੀ ਕੀਤਾ ਜਾ ਰਿਹਾ ਸਰਕਾਰ ਵੱਲੋਂ, ਕਿਸ ਤਰ੍ਹਾਂ ਦੇਖ ਰਹੇ? ਸਭ ਤੋਂ ਪਹਿਲਾਂ ਬਾਈ ਜੀ, ਮੈਂ ਤੁਹਾਡਾ ਮੀਡੀਆ ਵਾਲੇ ਜਿੰਨੇ ਵੀ ਮੇਰੇ ਵੀਰ ਇੱਥੇ ਪਹੁੰਚੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ। ਅਤੇ ਲੋਕਤੰਤਰ ਦੇ ਵਿੱਚ ਚੌਥਾ ਥਾਮਾ ਮੀਡੀਆ, ਤੁਹਾਡਾ ਬਹੁਤ ਵੱਡਾ ਯੋਗਦਾਨ ਆ। ਦੂਜਾ ਧੰਨਵਾਦ ਮੈਂ ਕਰਦਾ ਸਾਡੇ ਜਿੰਨੇ ਵੀ ਵਰਕਰ ਆਪ ਮਹਾਰੇ ਆਏ ਆ ਇਸ ਖੁਸ਼ੀ ਦੇ ਪਲ ਦੇ ਵਿੱਚ, ਜਿਵੇਂ ਆਪਾਂ ਕਹਿ ਦਈਏ ਵੀ ਅੱਜ ਦਾ ਦਿਨ ਲਾਸਟ ਦਿਨ ਆ ਜਿਹੜਾ ਟੋਲ ਪਲਾਜ਼ੇ ਦਾ, ਇਹਨੂੰ ਜਿਵੇਂ ਕਹਿ ਦਈਏ ਆਨੰਦ ਲੈਣ ਇਸ ਦਿਨ ਦਾ ਆਇਆ ਕਿ ਯਾਰ ਅੱਜ ਜਿਹੜੀ 8 ਲੱਖ ਸਾਡੇ ਵੀਰ ਨੇ ਦੱਸਿਆ ਕਿ 8 ਲੱਖ ਰੁਪਇਆ ਰੋਜ਼ਾਨਾ ਜਿਹੜੀ ਲੁੱਟ ਹੁੰਦੀ ਸੀ ਅਤੇ ਲੋਕਾਂ ਦੀ ਜੇਬ 'ਚੋਂ ਜਿਹੜਾ ਨਿਕਲਦਾ ਸੀ ਉਹ ਅੱਜ ਬੰਦ ਹੋਣ ਜਾ ਰਿਹਾ। ਬਹੁਤ ਖੁਸ਼ੀ ਦੀ ਗੱਲ ਆ। ਮੈਂ ਸਾਰੇ ਸਾਡੇ ਵੀਰਾਂ ਦਾ ਅਤੇ ਹੋਰ ਵਰਕਰ ਸਾਹਿਬਾਨ ਜਿੰਨੇ ਵੀ ਪਿੰਡਾਂ ਤੋਂ ਆਲੇ ਦੁਆਲੇ ਲੋਕ ਆਮ ਵੀ ਜਨਤਾ ਆਈ ਹੈ ਜੀ, ਉਹਨਾਂ ਦਾ ਮੈਂ ਧੰਨਵਾਦ ਕਰਦਾ। ਜਿਸ ਤਰ੍ਹਾਂ ਦੇ ਟੋਲ ਫ੍ਰੀ ਨੂੰ ਕਿੰਨਾ ਕੁ ਲੋਕਾਂ ਦਾ ਆਪਣਾ ਟੋਲ ਫ੍ਰੀ ਇਸ ਤਰ੍ਹਾਂ ਜੀ, ਦੇਖੋ ਪਹਿਲਾਂ ਸਾਡੇ ਇੱਕ ਵੀਰ ਪੱਤਰਕਾਰ ਨੇ, ਉਹਨਾਂ ਨੇ ਕੀਤਾ ਸੀ ਸਵਾਲ ਕਿ ਪਹਿਲਾਂ ਨਹੀਂ ਬੰਦ ਹੋਏ ਇਹ, ਮੰਨ ਕੇ ਚਲੋ ਵੀ ਆਪਣੇ ਆਪ ਬੰਦ ਹੋ ਰਿਹਾ, ਜਿਹੜਾ 2 ਅਪ੍ਰੈਲ ਦੀ ਤਰੀਕ ਆ ਜੇ ਆਪਾਂ ਦੇਖੀਏ ਤਾਂ ਆਪਣੇ ਆਪ ਬੰਦ ਹੋ ਰਿਹਾ। ਆਪਣੇ ਆਪ ਆਏ ਆ ਜੀ ਜਿਹੜੀ 10 ਮਾਰਚ 2022 ਨੂੰ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਨੇ ਬਣਾਈ ਆ, ਅਤੇ ਇਸ ਤਰੀਕ ਤੋਂ ਪਹਿਲਾਂ ਇੱਕ ਵੀ ਟੋਲ ਪਲਾਜ਼ਾ ਜਿਹੜਾ ਪੰਜਾਬ ਦੇ ਵਿੱਚ ਬੰਦ ਨਹੀਂ ਹੋਇਆ ਜੀ। ਅਤੇ ਉਹ ਲੋਕ ਭਲੀ ਭਾਤੀ ਜਾਣੂ ਆ, ਅਸੀਂ ਥੋੜ੍ਹਾ ਜ਼ਿਆਦਾ ਮੰਨ ਕੇ ਚੱਲੋ ਵੀ ਬੋਲ ਕੇ ਉਹਦੇ ਵਿੱਚ ਨਹੀਂ ਪੈਣਾ ਚਾਹੁੰਦੇ ਕਿ ਕਿਸ ਤਰੀਕੇ ਨਾਲ ਉਹ ਜਿਹੜੀਆਂ ਕੰਪਨੀਆਂ ਨੇ ਉਹ ਕਿਸ ਤਰੀਕੇ ਨਾਲ ਮਿਲੀ ਭੁਗਤ ਨਾਲ ਟੋਲ ਪਲਾਜ਼ੇ ਚੱਲਦੇ ਸੀ, ਪਹਿਲਾਂ ਵੀ ਤਾਂ ਕਿਸੇ ਨਾ ਕਿਸੇ ਦੀ ਤਰੀਕ ਬੰਦ ਹੋਣੀ ਹੋਣੀ ਹੁੰਦੀ ਹੋਣੀ ਆ, ਲੇਕਿਨ ਨਹੀਂ ਬੰਦ ਹੁੰਦੇ। ਜਿਹੜੇ 2022 ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਇਹ ਟੋਲ ਪਲਾਜ਼ੇ ਜਿਹੜੇ ਬੰਦ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਈ ਆ, ਅਤੇ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, MLA ਸਾਹਿਬ ਕੁਲਵੰਤ ਸਿੰਘ ਪਨੌਰੀ ਜੀ ਦਾ, ਜਿਹਨਾਂ ਦੇ ਹਲਕੇ 'ਚ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਜਿਹਨਾਂ ਦੇ ਹਲਕੇ 'ਤੇ ਅੱਜ ਜਿਹੜਾ ਇਹ ਟੋਲ ਪਲਾਜ਼ਾ ਬੰਦ ਹੋਣ ਜਾ ਰਿਹਾ। ਬਿੰਦਰ ਸਿੰਘ ਜੀ, PA2 MLA ਮਹਿਲ ਕਲਾਂ ਸਰਦਾਰ ਕੁਲਵੰਤ ਸਿੰਘ ਜੀ, ਟੋਲ ਫ੍ਰੀ ਹੋਣਾ ਕਿੰਨਾ ਕੁ ਲੋਕਾਂ ਨੂੰ ਰਾਹਤ ਮਿਲੂਗੀ, ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਜੀ, ਕਹਿਣਾ ਤਾਂ ਇਹ ਚਾਹੁੰਦੇ ਹਾਂ ਵੀ ਲੋਕਾਂ ਨੂੰ ਜਿਹੜੀ ਰਾਹਤ ਹੈ ਉਹ ਇਸ ਤੋਂ ਪਹਿਲਾਂ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਲੋਕਾਂ ਦੇ ਮੁੱਖ ਮੰਤਰੀ ਨੇ, ਲੋਕਾਂ ਨੇ ਚੁਣੇ ਨੇ ਅਤੇ ਲੋਕਾਂ ਲਈ ਕੰਮ ਕਰ ਰਹੇ ਨੇ। ਇਸ ਤੋਂ ਪਹਿਲਾਂ ਕਰੀਬ 12 ਟੋਲ ਪਲਾਜ਼ੇ ਉਹਨਾਂ ਨੇ ਬੰਦ ਕਰ ਚੁੱਕੇ ਨੇ। ਜੇ ਉਹ ਚਾਹੁੰਦੇ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਵਾਂਗੂ ਬੜਾ ਕੁਛ ਕਰਕੇ ਉਹ ਅੱਗੇ ਵੀ ਉਹਨੂੰ ਐਕਸਟੈਂਸ਼ਨ ਕਰਵਾ ਸਕਦੇ ਸੀ, ਪਰ ਨਹੀਂ ਕਰਵਾਈ।
ਕਿਉਂਕਿ ਉਹ ਲੋਕਾਂ ਦੇ ਜਿਹੜੇ ਦਿਲ ਦਰਦ ਚੰਗੀ ਤਰ੍ਹਾਂ ਜਾਣਦੇ ਨੇ ਵੀ ਲੋਕਾਂ ਦੀ ਜੇਬਾਂ ਦੇ ਵਿੱਚੋਂ ਜਾਂਦੇ ਨੇ ਆਉਂਦੇ ਨੇ ਕਿੰਨਾ ਪੈਸਾ ਨਿਕਲਦਾ। ਸੋ ਅਸੀਂ ਤਾਂ ਵੈਸੇ ਵੀ ਸਾਡੀ ਸਰਕਾਰ ਲੋਕਾਂ ਦਾ ਬਿਲਾਂ ਜਾਂ ਹੋਰ ਹਰ ਤਰ੍ਹਾਂ ਤੋਂ ਚਾਹੁੰਦੀ ਹੈ ਵੀ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਹੋਵੇ। ਅੱਜ ਇਹ 13ਵਾਂ ਅਤੇ 14ਵਾਂ ਰਕਬੇ ਜੋ ਮੁੱਲਾਪੁਰ ਹੈਗਾ ਅਤੇ ਸਾਡੇ ਮਹਿਲ ਕਲਾਂ ਵਿਖੇ ਇਹਦੀ ਡੇਟ ਆ ਜਿਹੜੀ ਮਨਿਆਦ ਪੂਰੀ ਹੋ ਰਹੀ ਸੀ, ਇਹਦੇ ਲਈ ਵੀ ਸੰਬੰਧਿਤ ਜਿਹੜੀ ਰੋਹਨ ਰਾਜਦੀਪ ਕੰਪਨੀ ਨੇ ਮੰਤਰੀ ਸਾਹਿਬ ਨੂੰ ਜਾਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਵੀ ਵਧਾਇਆ ਜਾਵੇ 400-250 ਦਿਨਾਂ 'ਤੇ ਉਹਨਾਂ ਨੇ ਜਿਹੜਾ ਵਾਧਾ ਮੰਗਿਆ ਸੀ, ਪਰ ਲੋਕਾਂ ਨੂੰ ਰਾਹਤ ਦੇਣ ਦੇ ਲਈ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਇਸ ਰਾਹਤ ਦੇਣ ਤੋਂ ਮਨਾ ਕਰਤਾ। ਸੋ ਅੱਜ ਕਰੀਬ 12 ਵਜੇ ਤੱਕ ਇਹਨਾਂ ਦਾ ਜਿਹੜਾ ਰਾਤ ਦਾ ਟਾਈਮ ਬਣਦਾ ਉਹ 4 ਵਜੇ ਜਾਂ 2 ਵਜੇ ਜਦੋਂ ਵੀ ਸੰਭਾਵਿਕ ਤੌਰ 'ਤੇ ਅਸੀਂ ਆਏ ਹਾਂ ਉਹ ਟੋਲ ਟੈਕਸ ਬੰਦ ਕਰਾਉਣ ਦੀ ਖਾਤਰ। ਸੋ ਕਰੀਬਨ 8 ਲੱਖ ਅਪਰੋਕਸੀਮੇਟਲੀ 8 ਲੱਖ ਉਸ ਤੋਂ ਉੱਪਰ ਆ ਜਿਹੜਾ ਉਹ ਲੋਕਾਂ ਨੂੰ ਹਰ ਰੋਜ਼ ਜਿਹੜਾ ਜੇਬਾਂ 'ਚੋਂ ਜਾਂਦਾ ਸੀ ਉਹਦੀ ਬੱਚਤ ਹੋਵੇਗੀ। ਕਰੀਬ 29-30 ਕਰੋੜ ਰੁਪਇਆ ਸਾਲਾਨਾ ਜਿਹੜੀ ਬੱਚਤ ਆ ਜਿਹੜੀ ਉਹ ਇੱਥੋਂ ਲੰਘਣ ਵਾਲੇ ਲੋਕਾਂ ਦੀ ਹੋਵੇਗੀ। ਸੋ ਅਸੀਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਇੱਥੋਂ ਦੇ ਲੋਕਲ MLA ਜੋ ਹਰ ਵੇਲੇ ਲੋਕਾਂ ਦੀ ਮਦਦ ਲਈ ਤੱਤਪਰ ਰਹਿੰਦੇ ਨੇ, ਮਾਣਯੋਗ MLA ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਅਤੇ ਇੱਥੋਂ ਦੇ ਜੋ ਜਿਨ੍ਹਾਂ ਨੂੰ ਟਿਕਟ ਮਿਲੀ ਆ ਗੁਰਮੀਤ ਸਿੰਘ ਮੀਤਹਿਰ ਜੀ। ਸੋ ਸਾਰਿਆਂ ਦਾ ਸਮੂਹ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਸਮੁੱਚੇ ਹਲਕੇ ਵੱਲੋਂ ਇੱਥੋਂ ਜੋ ਲੰਘਣ ਵਾਲੇ ਵੱਲੋਂ ਦਿਲ ਦੀਆਂ ਗਹਿਰਾਈਆਂ 'ਚੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਹੜੀ ਵੱਡੀ ਰਾਹਤ ਹੈ ਉਹ ਅੱਜ ਇਸ ਫੈਸਲੇ ਨਾਲ ਸਰਕਾਰ ਦੇ ਇਸ ਸ਼ਲਾਘਾਯੋਗ ਫੈਸਲੇ ਨਾਲ ਲੋਕਾਂ ਨੂੰ ਮਿਲੇਗੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ, ਜਿਹੜਾ ਅੱਜ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਐਲਾਨ ਵੀ ਕੀਤਾ ਗਿਆ ਸੀ 2 ਤਰੀਕ ਨੂੰ ਟੋਲ ਫਰੀ ਹੋਊਗਾ ਮਹਿਲਕਾ ਤੇ ਮੁੱਲਾਪੁਰ, ਅੱਜ ਕਿਸ ਤਰ੍ਹਾਂ ਦੇਖਦੇ ਹੋ ਟੋਲ ਟੋਕਨ ਪਰਚੀ ਕੱਟੀ ਜਾ ਰਹੀ ਹੈ, ਕਿਹੜੂ ਟੋਲ ਫਰੀ ਹੋਊਗਾ ਇਹ ਜੀ ਟੋਲ ਆ ਜਿਹੜਾ ਹੁਣ ਤੋਂ ਇਹ ਫਰੀ ਹੋ ਜਾਣਾ। ਵੈਸੇ ਜਿਹੜੀ ਇਹਦੀ ਬੁਨਿਆਦ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਹੁਣ ਪਰਚੀ ਕੱਟੀ ਜਾ ਰਹੀ ਆ ਉਹ ਅੱਜ ਰਾਤ ਦੀ 12 ਵਜੇ ਤੱਕ ਸੀਗੀ, ਠੀਕ ਆ। ਹੁਣ ਇਹ ਜਿਹੜਾ ਟੋਲ ਆ ਇਸ ਤੋਂ ਬਾਅਦ ਹੀ ਜਿਹੜਾ ਬੰਦ ਆ ਇਹ ਹੋ ਜਾਣਾਗਾ। ਅਤੇ ਇਹਦੀ ਜਿਹੜੀ ਲੈਂਥ ਸੀਗੀ ਆਪਾਂ ਦੇਖੀਏ ਟੋਲ ਟੈਕਸ ਦੀ, ਇਹ ਜਿਹੜਾ ਚੱਲਦਾ ਇਹਦੇ 2 ਟੈਕਸ 12 ਜਿਹੜੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ 12 ਟੋਲ ਜਿਹੜੇ ਪਹਿਲਾਂ ਉਹ ਕੀਤੇ ਨੇ 2 ਹੁਣ ਕਰ ਰਹੇ ਹਾਂ ਇੱਥੇ, ਇੱਕ ਆਪਣਾ ਜਿਹੜਾ ਮੁੱਲਾਪੁਰ ਵਾਲਾ ਗਾ ਉਹ 14 ਹੋ ਜਾਣੇ ਆ ਜਿਹੜੀ ਇਹ ਸਰਕਾਰ ਨੇ ਜਿਹੜੇ ਟੋਲ ਨੇਗੇ ਉਹ ਲੋਕਾਂ ਵਾਸਤੇ ਫਰੀ ਕੀਤੇ ਨੇਗੇ। ਇਹਦੇ ਵਿੱਚ ਇਹ 57 ਕਿਲੋਮੀਟਰ ਦੀ ਜਿਹੜੀ ਲੈਂਥ ਸੀਗੀ ਜਿਹਦੇ ਵਿੱਚ 2 ਟੋਲ ਲੱਗਦੇ ਸੀਗੇ, ਇੱਕ ਆਪਣੇ ਰਕਬੇ ਹੈਗਾ ਇੱਕ ਮਹਿਲ ਕਲਾਂ ਹੈਗਾ। ਜਿਹੜਾ ਰਕਬੇ ਵਾਲਾ ਸੀਗਾ ਉਹਦੀ ਪ੍ਰਤੀ ਦਿਨ ਦੀ ਜਿਹੜੀ ਸੀਗੀ ਕੰਪਨੀ ਨੂੰ ਜਿਹੜੀ ਜਾ ਰਹੀ ਸੀਗੀ ਉਹ 2,76,000 ਰੁਪਇਆ ਸੀਗਾ, ਅਤੇ ਜਿਹੜਾ ਆਪਣਾ ਸੀਗਾ ਮਹਿਲ ਕਲਾਂ ਵਾਲਾ ਇਹਦੀ 5,26,000 ਰੁਪਇਆ ਪ੍ਰਤੀ ਦਿਨ ਜਿਹੜੀ ਲੋਕਾਂ ਦੀ ਇਹ ਜਾ ਰਿਹਾ ਸੀ, ਜਾਣੀ ਪ੍ਰਤੀ ਦਿਨ ਦਾ 8 ਲੱਖ ਰੁਪਈਆ ਆਪਾਂ ਕਹੀਏ ਵੀ ਇਹ ਜਿਹੜਾ ਲੋਕਾਂ ਦੀ ਜੇਬ 'ਚੋਂ ਜਾ ਰਿਹਾ ਸੀਗਾ ਉਹ ਇਹ ਦੋਨਾਂ ਟੋਲਾਂ 'ਤੇ ਜਿਹੜੀ ਬੱਚਤ ਆ ਇਹ ਸਾਡੇ ਲੋਕਾਂ ਦੀ ਹੋਣੀ ਆ। ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਉਹ ਲੋਕਾਂ ਵਾਸਤੇ ਜਿਹੜੇ ਕੰਮ ਆ ਉਹ ਕਰ ਰਹੀ ਆ, ਤਾਂ ਜਿਹੜਾ ਇਹ ਅੱਜ ਇਹ ਟੋਲ ਆ ਇਹ ਬੰਦ ਹੋਣ ਜਾ ਰਿਹਾ। ਮਜੀਦ, ਜੇਕਰ ਗੱਲ ਕਰੀਏ ਕੱਲ੍ਹ ਦੀਆਂ ਪੋਸਟਾਂ ਪੈ ਰਹੀਆਂ ਕਿ MLA ਕੁਲਵੰਤ ਸਿੰਘ ਪਟੋਰੀ ਅਤੇ ਮੀਤਹਿਰ ਆ ਜਿਹੜੇ ਟੋਲ ਪਲਾਜ਼ਾ 'ਚ ਬੰਦ ਕਰਨ ਲਈ ਪਹੁੰਚ ਰਹੇ ਆ, ਪੋਸਟਾਂ ਆਪਾਂ ਉਹਨੂੰ ਠੀਕ ਆ ਜੀ ਪਾ ਸਕਦੇ ਹਾਂ ਜੋ ਚੋਣ ਜ਼ਾਬਤੇ ਦੇ ਨਿਯਮ ਨੇਗੇ ਉਹਨਾਂ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ ਵੀ ਜੋ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੇ ਉਹਨਾਂ ਦੀਆਂ ਪਾਲਣਾ ਕਰਦੇ ਹੋਏ ਜਿਸ ਤਰ੍ਹਾਂ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਆਉਂਦੀਆਂ ਉਹਨਾਂ ਨੂੰ ਪੂਰਾ ਪ੍ਰੋਪਰ ਪਾਲਣਾ ਜਿਹੜੀ ਉਹ ਕੀਤੀਆਂ ਜਾ ਰਹੀਆਂ ਜੀ। ਜੇਕਰ ਗੱਲ ਕਰੀਏ ਟੋਲ ਪਲਾਜ਼ੇ ਲਗਾਤਾਰ ਜੇ ਤੁਸੀਂ ਦੱਸਿਆ ਕਾਫੀ ਟੋਲ ਪਲਾਜ਼ੇ ਜਿਹੜੇ ਬੰਦ ਹੋ ਚੁੱਕੇ ਆ ਜੀ, ਪਰ ਉਹ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਜਿਹੜੇ ਬੱਚੇ ਉੱਥੇ ਕੰਮ ਕਰਦੇ ਉਹ ਬੇਰੁਜ਼ਗਾਰ ਹੋ ਗਏ, ਸਰਕਾਰ ਵੱਲੋਂ ਉਹਨਾਂ ਲਈ ਕੋਈ ਸਮਾਂ ਵਾਸਤੇ ਸਮਾਂ ਬੰਦ ਸਰਕਾਰ ਵੱਲੋਂ ਜਿਹੜੀਆਂ ਨੌਕਰੀਆਂ ਨੇ ਜਿਵੇਂ ਹੁਣ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਐਡਜਸਟ ਕੀਤਾ ਜਾਊਗਾ। ਜਿਹੜੇ ਬੱਚੇ ਰਿਜ਼ਰਵ ਕਰਦੇ ਆ ਜਿਹੜੇ ਕੁਆਲੀਫਿਕੇਸ਼ਨ ਉਸ 'ਚ ਆਉਣਗੇ ਉਹਨਾਂ ਬੱਚਿਆਂ ਨੂੰ ਵੀ ਜ਼ਰੂਰ, ਤੁਸੀਂ ਦੇਖੋਗੇ ਵੀ ਜਿਹੜੀ ਪਹਿਲੀ ਸਰਕਾਰ ਆ ਜਿਹਨੇ ਹੁਣ ਤੱਕ 43,000 ਦੇ ਨੇੜੇ ਤੇੜੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਨੇਗੀਆਂ। ਵਿੱਚ ਬੱਚੇ ਇਸ ਤਰ੍ਹਾਂ ਦੇ ਵੀ ਸੀ ਜਿਨ੍ਹਾਂ ਦੇ ਤੁਸੀਂ ਯਕੀਨ ਨਹੀਂ ਮੰਨਣਾ। ਹੁਣ ਇੱਥੇ ਆਪਣੇ ਨੇੜੇ ਆਪਾਂ ਸ਼ੇਰਪੁਰ ਲੜਕੀ ਇੱਕ ਜਿਹੜੀ ਜੱਜ ਬਣੀ ਆ ਉਹ ਜਮਾਂ ਗਰੀਬ ਪਰਿਵਾਰ ਤੋਂ
ਕਿਸੇ ਸਰਕਾਰ ਨੇ 2 ਸਾਲਾਂ ਦੇ ਵਿੱਚ ਇੰਨੀਆਂ ਨੌਕਰੀਆਂ ਦਿੱਤੀਆਂ ਹੋਣ ਤਾਂ ਇਹੀ ਸਰਕਾਰ ਆ ਜਿਹਨੇ 2 ਸਾਲ ਦੇ ਵਿੱਚ ਸਭ ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਜੀ। ਟੋਲ ਹੁਣ ਹੀ ਕਰ ਦੇਣਾ ਜੀ, 448 ਦਿਨ ਮੰਗ ਰਹੇ ਸੀਗੇ ਜੀ। ਜੇ ਕੋਈ ਸਰਕਾਰ ਲੈਣ ਦੇਣ 'ਚ ਅੱਗੇ ਤੁਹਾਨੂੰ ਦੇਖੋ ਇਹਦੇ 'ਚ 2 ਰਹਿ ਨਹੀਂ ਸਾਰੀਆਂ, ਆਪਾਂ ਲੋਕਾਂ ਨੂੰ ਵੀ ਪਤਾ, ਸਾਰੇ ਸਾਡੇ ਸਤਿਕਾਰਯੋਗ ਮੀਡੀਆ ਅਦਾਰਿਆਂ ਨੂੰ ਵੀ ਪਤਾ ਵੀ ਕਿਸ ਤਰ੍ਹਾਂ ਜਿਹੜੇ ਚੱਲਦੇ ਰਹੇ ਇਹ ਲੈਣ ਦੇਣ ਦੇ ਉਸ 'ਚ, ਉਹਨਾਂ ਨੇ ਹੁਣ ਵੀ ਬੜਾ ਜ਼ੋਰ ਲਾਇਆ ਸੀ, 448 ਦਿਨ ਮੰਗ ਰਹੇ ਸੀ, 448 ਦਿਨ ਮੰਗ ਰਹੇ ਸੀ ਉਹ ਵਾਰ ਵਾਰ। ਅੱਜ ਵੀ ਉਹਨਾਂ ਨੇ ਅਪੀਲਾਂ ਕੀਤੀਆਂ ਨੇ ਸਾਨੂੰ ਇੰਨਾ ਘਾਟਾ ਪਿਆ ਜਾਂ ਸਾਨੂੰ 448 ਦਿਨ ਹੋਰ ਦਿਓ, ਸਰਕਾਰ ਨੇ ਉਹਨਾਂ ਨੂੰ 1 ਦਿਨ ਦਾ ਵਾਧਾ ਨਹੀਂ ਦਿੱਤਾ ਜੀ। ਇਹ 'ਚ ਸਰਕਾਰ ਦਾ ਹੀ ਰੋਲ ਆ, ਜੇ ਸਰਕਾਰ ਵਾਧਾ ਦੇਣ ਦੀ ਤਾਂ ਬਹੁਤ ਵੱਡਾ, ਤੁਸੀਂ ਆਪ ਹੀ ਦੇਖੋ ਸਾਡੇ ਲੋਕਾਂ 'ਤੇ 8 ਲੱਖ ਰੁਪਇਆ ਪ੍ਰਤੀ ਦਿਨ ਦਾ ਬੋਝ ਹੋਰ ਪੈ ਜਾਂਦਾ, ਜੇ ਸਰਕਾਰ ਉਹਨੂੰ 448 ਦਿਨ ਦਾ ਵਾਧਾ ਦਿੰਦੀ ਹੈ ਤੁਸੀਂ ਦੇਖੋ ਕਿੰਨੀ ਬਣ ਜਾਣੀ ਹੈ ਜੀ ਰਕਮ।